ਸਸ਼ੀਕਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਅਰ ਸ਼ਾਹ ਟੀਵੀ ਤੇ ਮੈਂ ਨੀਲਮ ਕੁਈਨ ਪ੍ਰਾਈਮ ਹਾਸਿਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆ। ਕਿਧਰ ਆ ਕਿਧਰ ਆ ਇਧਰ ਆ ਇਧਰ ਆ ਇਧਰ ਭਾਈ ਦਾ ਕਿਧਰ ਇਧਰ ਚੱਲ ਚੱਲ ਨਹੀਂ ਤਾਂ ਇੱਥੇ ਬਹਿਣਾ ਬਸ ਇਹ ਨਾ ਉਹ ਕੈਮਰੇ ਦੇ ਉੱਤੇ ਮੈਨੂੰ ਯੁੱਤੀ ਫੇਰਨੀ ਪੈ ਜੇ ਜਨਾਬ ਜੀ ਤੁਸੀਂ ਕਿੱਥੇ ਬਹਿਦਾ ਜਨਾਬ ਜੀ ਤੁਸੀਂ ਤਾਂ ਕੱਲਿਆਂ ਨੇ ਆਉਣਾ ਸੀ ਇਹਨਾਂ ਨੂੰ ਕੈਦੀ ਨੂੰ ਘਾਤੋਂ ਨਾਲ ਲੈ ਉਹ ਤੁਹਾਨੂੰ ਪਤਾ ਨਹੀਂ ਮੈਂ ਜ ਇਹਨੂੰ ਕੱਲੇ ਨੂੰ ਛੱਡ ਨਹੀਂ ਸਕਦੇ ਨਿਛੇੜੀ ਹੈ ਸਰਦਾ ਇਹ ਤਾਂ ਫਿਰ ਇਹਨੂੰ ਉੱਥੇ ਛੱਡਣੇ ਸੀ ਇਹਨੇ ਵਕਤ ਪਾਇਆ ਪਿਆ ਸਾਰੀ ਜੇਲ੍ਹ ਨੂੰ ਨਹੀਂ ਨਸ਼ੇੜੀ ਆ ਤਾਂ ਫਿਰ ਨਸ਼ਾ ਛਡਾਓ ਕੇਂਦਰ ਛੱਡ ਕੇ ਆਉਣਾ ਉਹ ਬਿਮਾਰੀ ਨਹੀਂ ਨਾ ਇਹਨੂੰ ਫੋਬੀਆ ਆ ਫੋਬੀਆ ਹੈ ਫੋਬੀਆ ਇਹ ਮਾੜਾ ਨਚਾ ਕਰਦਾ ਹੋਰ ਤਗੜਾ ਨਸ਼ਾ ਕਰਦਾ ਕੋਈ ਵੱਡੇ ਨਸ਼ੇ ਕਰਦਾ ਓਏ ਉਹਨਾਂ ਤੋਂ ਗਾਂ ਦੀ ਚੀਜ਼ ਕਰਦਾ ਏ ਇਦਾਂ ਦਾ ਕਿਹੜਾ ਇਹ ਚਿੱਟੇ-ਚੁੱਟੇ ਤੋਂ ਤਾਂ ਗਾਂ ਲੰਘ ਆਇਆ ਏ ਨਹੀਂ ਇਦਾਂ ਦਾ ਕਿਹੜਾ ਨਸ਼ਾ ਫੋਬੀਆ ਇਹਨੂੰ ਫੋਮ ਫੋਬੀਆ ਹੁੰਦਾ ਪਹਿਲੀ ਗੱਲ ਤਾਂ ਕਾਰਾ ਫੋਬੀਆ ਆ ਇਹਨੂੰ ਇਹਨੂੰ ਫੋਨ ਬੀਆ ਆ ਹੈ ਫੋਨ ਚਲਾਉਂਦਾ ਜੇ ਆ ਦੇਖੋ ਆ ਜੁੱਤੀ ਚੋਂ ਫੋਨ ਲੱਭੀ ਜਾਂਦਾ ਮਾਮਾ ਹਾਂ ਇਹਨੂੰ ਨਾ ਟਿਕਟੋਕ ਜੇ ਪਾ ਪਾ ਕੇ ਦੀਲਾ ਪਾ ਪਾ ਕੇ ਇਹਨੂੰ ਬਿਮਾਰੀ ਲੱਗ ਗਈ ਜਾਂ ਫੋਨ ਦੀ ਹੈਨਾ ਇਹਦੇ ਘਰਦਿਆਂ ਦੇ ਹੱਥ ਜੋੜ ਕੇ ਸਾਡੇ ਕੋ ਭੇਜਾ ਵਾ ਤੇ ਇਹਨੂੰ ਤਾਂ ਨਸ਼ੇ ਛਡਾਊ ਚ ਨਹੀਂ ਭੇਜ ਸਕਦੇ ਅਰਜਨ ਵੈਲੀ ਲੈ ਪੈਰ ਜੋੜ ਕੇ ਗੜਤੀ ਮਾਰੀ ਏ ਕੀ ਉਹ ਅਰਜਨ ਵੈਲੀ ਸੀ ਤੂੰ ਅਰਜਨ ਵੇਲਾ ਆ ਹੈ ਇਹ ਕ ਫਿਲਮਾਂ ਬਹੁਤ ਮਾੜਾ ਅਸਰ ਪਾਉਂਦੀਆਂ ਮਨ ਜੀ ਮਾਣਾ ਇਹ ਤਾਂ ਦੱਸਦਾ ਪਿਆ ਅਰਜਨ ਬੈਜੀ ਨੇ ਪੈਰ ਜੋੜ ਕੇ ਗਨਾਸੀ ਮਾਰੀ ਇਹ ਕੇ ਨੇ ਦੱਸਿਆ ਮਣਜੀ ਵੀ ਮਤਲਬ ਬਾਹਰ ਵਿੱਚ ਉਹਦੇ ਮਾਪੇ ਨੂੰ ਹੱਥ ਕਿਨੇ ਜੋੜਨੇ ਪਏ ਇਹ ਵੀ ਗੱਲ ਲੜਾਈ ਕੀਤੀ ਤਾਂ ਹੱਥ ਤਾਂ ਜੋੜਨੇ ਪੈਣੇ 300 ਦੀ ਗਨਾਸੀ ਸੀ ਤੇ ਤਿੰਨ ਕਿੱਲੇ ਖਾ ਗਿਆ ਇਹ ਤੱਕ ਰਾਈ ਨਾਵਣੀ ਹੋਣ ਡਿਆ ਆ ਲੜਾਈਆਂ ਦਾ ਤਾਂ ਬੁਰਾ ਹਾਲ ਹੀ ਹੁੰਦਾ ਲੜਨਾ ਚਾਹੀਦਾ ਹੀ ਨਹੀਂ ਇਹ ਫਿਲਮਾਂ ਵਾਲੇ ਮੈਨੂੰ ਟੱਕਰ ਜਾਣਾਂ ਤੇ ਮੈਂ ਸੂਤ ਕਰਨੇ ਆ ਵੀ ਯਾਦ ਕਰਨਗੇ ਕਿ ਪੰਜਾਬ ਪੁਲਿਸ ਦੇ ਡਿੱਕੇ ਆਏ ਸੀ ਫਿਲਮਾਂ ਵਾਲੇ ਟੱਚ ਨਹੀਂ ਚਲਦੀ ਚੱਪਲ ਇਹ ਚੱਪਲ ਤੈਨੂੰ ਮੈਂ 20 ਵਾਰੀ ਦੱਸਿਆ ਛੱਡ ਛੱਡ ਦੇ ਨੂੰ ਕਰਦਾ ਜਾੜੀ ਜ਼ੋਰ ਦੀ ਨਾ ਮਾਰੋ ਜੁੱਤੀ ਦੇ ਮਾਰੀ ਆ ਮੈਂ ਤਾਂ ਕੁੱਟ ਖਾਣੀ ਸੀ ਇਹ ਤਾਂ ਪਤਾ ਮਾਰ ਓਏ ਜੱਟ ਨਹੀਂ ਡਰਦਾ ਹਾਂ ਮੇਰੀ ਗੱਲ ਸੁਣੋ ਫਿਲਮਾਂ ਐਂਟਰਟੇਨਮੈਂਟ ਦੇ ਲਈ ਹੁੰਦੀਆਂ ਜ਼ਰੂਰੀ ਥੋੜੋ ਉਹ ਕਹਿੰਦੇ ਕਿ ਜੋ ਅਸੀਂ ਜਿੱਦ ਦਿਖਾਉਨੇ ਆ ਤੁਸੀਂ ਉਹਨੂੰ ਐਕਸੈਪਟ ਹੀ ਕਰ ਲਓ ਇਹਦੇ ਵਰਗਾਂ ਨੂੰ ਕੌਣ ਸਮਝਾਵੇ ਹਾਂ ਇਹਨੇ ਪੁਸ਼ਪਾਂ ਵੇਖ ਕੇ ਤਿੰਨ ਵਾਰੀ ਆਪਣੇ ਕੰਮ ਵਾਲੀ ਕੋਟ ਛੁੱਟੀ ਹੈ ਹੋਰ ਕੀ ਤਾਂ ਚੁਕੇਗਾ ਨਹੀਂ ਸਾਲਾ ਤੂੰ ਕਿਦਾਂ ਚੁਕੇਗਾ ਤੂੰ ਚੁਕੇਗਾ ਜਨਾਬ ਜੀ ਚੁਕੇਗਾ ਨਹੀਂ ਸਾਲਾ ਤੂੰ ਕਿਦਾਂ ਚੁਕੇਗਾ ਚੁਕੇਗਾ ਨਹੀਂ ਸਾਲਾ ਤੂੰ ਜਨਾਬ ਉਹ ਤੈਨੂੰ ਪਤਾ ਨਹੀਂ ਮੈਂ ਕੌਣ ਉਹ ਤਾਂ ਝਗੜੋਂ ਲੱਪਣਾ ਖਾਚਿਆ ਤੂੰ ਸਰਦੀ ਤੇਕੇ ਬੜਾ ਤੇ ਮੈਂ ਜਰੂਸਨਾਥ ਵਾਲੀ ਕਾਮਨਾ ਸਾਹਮਣੇ ਮੇਕੋ ਨਹੀਂ ਕੈਦੀ ਸਾਹਿਬ ਤੁਸੀਂ ਰਾਮਣਾ ਬੈਠੋ ਇਹ ਤੁਹਾਨੂੰ ਮੈਂ ਦੱਸਾਂ ਲੋਕੀ ਬਾਕੀ ਨਸ਼ਾ ਨ ਰੋਂਦੇ ਆ ਆ ਜਿਹੜਾ ਨਸ਼ਾ ਲੋਕਾਂ ਦੇ ਘਰੇ ਘਰ ਕਰਦਾ ਜਾਣਦੇ ਆ ਤੂੰ ਮੈਨੂੰ ਜਾਣਦਾ ਨਹੀਂ ਤੈਨੂੰ ਮੈਂ ਦੱਸਾਂ ਤੇਰਾ ਪਛਾਣ ਪੱਤਰ ਦੱਸਾਂ ਚੰਗੀ ਤਰ੍ਹਾਂ ਬੈਂਦਾ ਕੇ ਬਾਹਾ ਤੈਨੂੰ ਮੈਂ ਕੌਣ ਹੈ ਤੂੰ ਏ ਕੌਣ ਹੈ ਤੂੰ ਸਾਡੇ ਬੱਚੇ ਆ ਲੈ ਆਗਾ ਨਾ ਡੰਡੇ ਦਾ ਸੂਤਰ ਤੂੰ ਮੈਨੂੰ ਜਾਣਦਾ ਨਹੀਂ ਨਹੀਂ ਜਨਾਬ ਜੀ ਛਰਦੇ ਪਿਓ ਨੂੰ ਛਰਦੇ ਪਿਓ ਨੂੰ ਇਹ ਜਿਹੜੀ ਬਿਮਾਰੀ ਆ ਨਾ ਹੌਲੀ ਹੌਲੀ ਲੋਕਾਂ ਦੇ ਘਰੇ ਘਰ ਕੜਦੀ ਜਾਂਦੀ ਲੋਕਾਂ ਨੂੰ ਇਹ ਚੀਜ਼ ਦੀ ਗੌਰ ਨਹੀਂ ਆ ਨਹੀਂ ਇਦਾਂ ਫੋਨ ਤੇ ਜੰਮਦੇ ਨਿਆਣੇ ਨੂੰ ਦੁੱਧ ਦੀ ਬੋਤਲ ਬਾਅਦ ਚ ਫੜਾਉਂਦੇ ਨੇ ਫੋਨ ਪਹਿਨਾ ਫੜਾ ਦਿੰਦੀਆਂ ਬੰਦੇ ਇਹ ਗੱਲ ਤਾਂ ਬਿਲਕੁਲ ਸਹੀ ਆ ਵੀ ਦੋ ਘੰਟੇ ਚੁੱਕਨਾਂ ਤੜੀਆਂ ਬਾਹਣ ਖਲੀਆਂ ਪੈ ਚਲੀਆਂ ਸਾਰੇ ਲੱਗਾ ਰੋ ਪਹਿਲੀਆਂ ਬੀਬੀਆਂ ਵਿੱਚ ਚੱਕਦੀਆਂ ਸੀ ਜਵਾਕਾਂ ਨੂੰ ਬਿਲਕੁਲ ਸਹੀ ਅੱਜ ਕੱਲ ਮੈਂ ਕਹਿੰਦਾ ਮੂੰਹ 'ਚ ਚੁੰਗੜੀ ਪਾ ਦਿੰਦੀਆਂ ਨੇ ਕੀ ਉਹਨੂੰ ਕਹਿੰਦੇ ਆ निप्पल ਦੀ ਕੋਈ ਆਹੋ ਚੁੰਗਣੀ ਸ਼ਹਿਦ ਵਾਲੀ ਸ਼ਹਿਦ ਕਿੱਥੇ ਫੋਕੀ ਪਾਈ ਹੁੰਦੀ ਹੈ ਅੱਜ ਕੱਲ ਪਿਓ ਨਿਆਣਾ ਵੀ ਗੁੰਮਰ ਹੋਏ ਤੇ ਮੈਂ ਵੀ ਗੁੰਮਰ ਆ ਹਾਂ ਨਹੀਂ ਇਹ ਤਾਂ ਸੱਚੀ ਗੱਲ ਆ ਫੋਨ ਤਾਂ ਉਦੋਂ ਫੋਨ ਫੜਾ ਕੇ ਰੋਟੀ ਖਵਾਉਣ ਗੀ ਇਹ ਉਦਾਂ ਖਾਂਦੇ ਨਹੀਂ ਨਿਆਣਾ ਮੈਂ ਤਾਂ ਇੱਕ ਮੁਰਗੀ ਆ ਨਿਆਣੇ ਦੇ ਮੂੰਹ ਚ ਪਾਣਗੇ ਇੱਕ ਨੋਬੀਤਾ ਦੇ ਮੂੰਹ ਚ ਨੋਬੀਤਾ ਕਾਰ ਬਨ ਨਹੀਂ ਹੋ ਰੋਤੇ ਮਾਂ ਬਾਪ ਤ ਵਖਾਉਣੀਆਂ ਬੱਚੇ ਨੂੰ ਇਹ ਵੀ ਗੱਲ ਆ ਚਾਹੀਦੀ ਚੀਜ਼ ਤਾਂ ਦਿਖਾਉਣੀ ਡਈਆਂ ਸਾਰੇ ਨਿਆਣੇ ਫੋਨਾਂ ਤੇ ਗਜਾਏ ਪਏ ਆ ਇਹ ਨਹੀਂ ਇੰਦਾ ਡਗੜਿਆ ਤੁਸੀਂ ਜਦੋਂ ਮੇਰੇ ਰੀਲ ਦਾ ਟਾਈਮ ਹੋਇਆ ਮੇਰੇ ਫੋਲੋਅਰ ਮੈਨੂੰ ਵੇਟ ਕਰਦੇ ਹੋਣੇ ਮੈਨੂੰ ਰੋਟੀ ਦਾ ਟਾਈਮ ਨਹੀਂ ਪਤਾ ਤਿੰਨ ਦਿਨ ਦੀ ਰੋਟੀ ਨਹੀਂ ਇਹ ਕਦੀਲਾ ਨੇ ਬੇੜਾ ਕਰ ਦਿੱਤਾ ਮੈਨੂੰ ਫੋਨ ਦੇ ਦਿਓ ਮੈਨੂੰ ਫੋਨ ਦੇ ਦਿਓ ਦੱਸ ਮੈਂ ਮੈਂ ਅਰਜਨ ਵੈਲੀ ਪਾਣੀ ਰੀਲ ਮੈਡਮ ਜੀ ਬੱਟ ਬਹੁਤ ਟ੍ਰੈਂਡਿੰਗ ਦਾ ਭਾਈ ਪਾ ਰੰਦਾ ਮੈਨੂੰ ਮੈਂ ਦੱਸਿਆ ਇਹ ਕੋਹ ਨਹੀਂ ਇਹ ਚੀਜ਼ਾਂ ਦੇ ਦੇਣਾ ਤੂੰ ਲੋਕਾਂ ਵੱਲ ਵੇਖ ਕੇ ਤੇਰਾ ਬੇੜਾ ਮੇਰਾ ਛਰੀਪਤੀ ਜਦਾ ਭਾਈ ਮਾੜੀ ਰੀਲ ਪਾ ਰੰਦਾ ਬਹੁਤ ਕਾਲੀ ਆਈ ਹੈ ਭਾਈ ਫੋਨ ਨੇ ਸੱਚ ਸਾਰੇ ਨਹੀਂ ਰੀਲ ਕਿੱਡੀ ਕਾਲੀ ਆਈ ਇਹਨੂੰ ਬੰਦਾ ਨਹੀਂ ਤਾਂ ਕਮਲੇ ਕਿਤੇ ਇੱਕ ਦੂਜੇ ਨੂੰ ਰੀਲ ਨਹੀਂ ਭੇਜਦੇ ਨੇ ਤੇ ਉਦਾਂ ਨਹੀਂ ਗੱਲ ਹੁੰਦੀ ਹਾਲਚਾਲ ਵੀ ਨਹੀਂ ਪੁੱਛਦਾ ਕੋਈ ਤੁਹਾਨੂੰ ਦੱਸਾਂ ਇਹ ਬਿਮਾਰੀ ਜਿਹੜੀ ਆ ਨਾ ਚਿੱਟੇ-ਚੁਟੇ ਨਾਲੋਂ ਇਹ ਤੋਂ ਬਚਾ ਲਓ ਜਵਾਕਾਂ ਨੂੰ ਚੰਗੇ ਰਹਿ ਜਾਓ ਕਿ ਤੁਹਾਨੂੰ ਮੈਂ ਦੱਸਾਂ ਇਹਦੇ ਲਈ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਮੈਂ ਇਹ ਜੋ ਕਰੋਨਾ ਆਇਆ ਸੀ ਨਾ ਕਰੋਨਾ ਹਾਂ ਅਖੀਆਂ ਨੂੰ ਤੇ ਉ ਯਾ ਵੀ ਘਰ ਚ ਬਾਕੀ ਜੀ ਵੀ ਹੈਗੇ ਐ। ਇਹ ਵੀ ਗੱਲ ਸਹੀ। ਫੋਨ ਨੂੰ ਚੰਬੜ। ਮੈਨੂੰ ਲੱਗਦਾ ਅੱਤੇ ਨੂੰ ਘਰ ਦੇ ਦਾ ਸੁਭਾਅ ਵੀ ਪਤਾ ਲੱਗਾ ਹੋਣਾ ਕਿ ਸੁਭਾਅ ਕਈਆਂ ਨੂੰ ਪਤਾ ਹੀ ਉਦੋਂ ਲੱਗਾ ਵੀ ਮੇਰੇ ਮਾਪਿਓ ਆ ਰਹੇ। ਹਾ ਇਹਨੂੰ ਤਾਂ ਪਤਾ ਉਦੋਂ ਲੱਗਾ ਵੀ ਮੇਰੀਆਂ ਦੋ ਭੈਣਾਂ ਵੀ ਆ ਗਈਆਂ। ਮੋਏ ਮੋਏ। ਮੋਏ ਮੋਏ। ਚਾਹੋ ਜੇ ਮੋਏ ਨੂੰ ਮੈਂ ਕਹਿੰਨਾ ਸਾਰੀਆਂ ਰੀਲਾਂ ਵਧਾ ਉਹਨੂੰ ਕਿਹੜੀਆਂ-ਕਿਹੜੀਆਂ ਚਾਹੀਦੀਆਂ। ਤੁਹਾਨੂੰ ਮੈਂ ਦੱਸਿਆ ਨਾ ਕਿ ਟਿਕਟੌਕ ਕਰ ਜੀ ਵੀ ਹੈ। ਇਹਨੂੰ ਪਤਾ ਨਹੀਂ ਮੰਦਰਪਾਲ ਕਹਿੰਦੇ ਮੈਂ ਕਾ ਲਿਆ ਵੀ ਤੁਹਾਡਾ ਟਿਕਟੋਕ ਕਰਾਂ ਜਾਂਦਾ ਨਹੀਂ ਗੱਲ ਸੁਣੋ ਫੋਨ ਤਾਂ ਤੁਸੀਂ ਵੀ ਚਲਾਉਂਦੇ ਹੋਣੇ ਆ ਉਹ ਫੋਨ ਚਲਾਉਂਦੇ ਮੈਂ ਜੀ ਇਹਦੇ ਵਰਗੇ ਚਾਵਲਾ ਥੋੜੀ ਮਾਰਦੇ ਆ ਹੂੰ ਉਹਦੇ ਤੇ ਐਵੇਂ ਹੀ ਲੱਗੇ ਕੋਈ ਨਾ ਹਟ ਜਾਊਗਾ ਤਰੀਕੇ ਨਾਲ ਸਮਝਾਓ ਆਪ ਤੁਸੀਂ ਹੈ ਚੈਲਫੀ ਲਈਏ ਚੱਪਲ ਨਾਲ ਲਾਈਵ ਹੋ ਜਾ ਲਾਈਵ ਚੱਪਲ ਬੈਣਾ ਤੂੰ ਕੇ ਬਾਵਾ ਤੈਨੂੰ ਮੈਂ ਵੇ ਮਰਜੀ ਬਹੁਤ ਤਗੜੀ ਬਿਮਾਰੀ ਆ। ਲੋ ਗਾਇਜ ਜੇ ਮੈਂ ਹਾਂ। ਇਹ ہمارا ਸੈਟ ਨਹੀਂ ਮੇਰੇ ਗਾਣ ਕਮਾਲ ਕਰਨ ਦੇ। ਉਹਦੇ ਤੁਸੀਂ ਮਾਰਨਾ ਪਹਿਲਾਂ ਤਾਂ ਬੰਦ ਕਰੋ ਕੈਮਰੇ ਚੱਲਦੇ ਪਏ ਸਾਰੇ ਲੋਕੀ ਦੇਖਦੇ ਪਏ ਆ। ਇਹ ਦੇ ਕਰਦੇ ਹੱਥ ਜੋੜਦੇ ਨੇ ਮੈਨੂੰ ਆਗੇ। ਹਾਂ। ਕਹਿੰਦੇ ਇਹਦੀ ਯੂਤੀ ਫੇਰੋ ਇਹਨੂੰ। ਇਹਨੂੰ ਬੰਦਾ ਬਣਾਓ। ਬੰਦਾ ਹੀ ਆ। ਮੈਂ ਕਿਹ ਕਮੀ ਕਹਿੰਦੇ ਦੱਸੋ? ਹਾਂ। ਤੇਨਾਂ ਵਿਟਾਮਿਨ ਸੀ ਦੀ ਕਮੀ ਆ ਤੈਨੂੰ। ਵਿਟਾਮਿਨ ਸੀ ਦੀ ਤਾਂ ਫਿਰ ਮੈਂ ਉਹ ਵੀ ਮਿਲ ਜਾਂਦੀ ਟੈਬਲੇਟਾਂ ਮਿਲ ਜਾਂਦੀਆਂ। ਵਿਟਾਮਿਨ ਸੀ ਇਹਨੂੰ ਛਤਰਾ ਦੀ ਕਮੀ ਜੇ। ਰੋਸਟਰ ਬੜਿਆ ਫਰਦਾ ਰੋਸਟਰ ਜਿਹਨੂੰ ਚਾਰ ਗਾਲਾਂ ਕੱਢਣੀਆਂ ਆਂ ਉਹ ਆਂਦਾ ਮੈਂ ਰੋਸਟਰਿਆਂ ਮੈਂ ਕੱਲਾ ਰੋਸਟਰ ਨਹੀਂ ਇਨਫਲੂਐਂਸਰ ਆ ਉਹ ਕਹਿਣਾ ਉਹ ਕਹਿਣਾ ਤੇ ਕਹਿਣਾ ਤੇ ਸਿੱਖ ਲਾ ਇਨਫਲੂਐਂਸਰ ਇਨਫਲੂਐਂਸਰ ਕਹਿਣਾ ਆਉਂਦਾ ਨਹੀਂ ਮੈਨੂੰ ਇਨਫਲੂਐਂਸਰ ਆ ਪਤਾ ਨਹੀਂ ਕਿਹੜੇ ਵਲੌਗ ਤੇ ਪਤਾ ਕਿੰਨੇ ਲਾਈਕ ਆਉਂਦੇ ਕਿੰਨੇ ਕੋਈ ਤੇਰੇ ਵਰਗੀਆਂ ਖੱਟਾ ਹੋਣੀਆਂ ਵਾ ਜਿਹੜੇ ਕੋਈ ਚਾਹੀਦੀ ਆਈਟਮ ਨਹੀਂ ਵੇਂਦੀਆਂ ਅੱਜਕੱਲ੍ਹ ਦੇਖਦੇ ਲੋਕੀ ਉਹ ਸਾਰਾ ਕੁਝ ਚੱਜ ਦੀ ਦੀ ਤੂੰ ਮੈਂ ਜਨ ਅਰਜਨ ਵੈਲੀ ਕਹਿੰਦੇ ਮੈਨੂੰ ਅਰਜਨ ਵੈਲੀ ਨੇ ਪੈਰ ਜੋੜ ਕੇ ਘੱਤ ਪੈਰ ਜ ਗੰਡਾਸੀ ਪੈਰ ਜੋੜ ਕੇ ਨਹੀਂ ਵੱਜਦੀ ਨਾਲ ਪੈਹੇ ਜੋੜ ਕੇ ਵੱਜਦੀ ਆ ਪੈਹੇ ਜੋੜ ਕੇ ਪੈਹੇ ਜੋੜ ਕੇ ਗੰਡਾਸੀ ਵੱਜ ਪੈਹੇ ਪਤਾ ਬੰਦੇ ਕਿੰਨੇ ਲਵਾਦੀ ਰਾਈ ਨਾਵੇਂ ਤੇ ਪਹਿਲਾਂ ਪੈਹੇ ਜੋੜੋ ਫਿਰ ਗੰਡਾਸੀ ਮਾਰੋ ਨਾਲੇ ਗੰਡਾਸੀ ਤਰ ਤੋਂ ਮੱਲੇ ਚ ਨਹੀਂ ਵੱਜਦੀ ਹੈ ਲੋਕੀ ਨਸ਼ਾ ਵੇਚਣ ਦੇ ਛਰੇ ਆ ਮਤੀਆਂ ਪੜਾ ਛੇੜੇ ਉੱਤੇ ਨਹੀਂ ਗੰਡਾਸੀ ਵੱਜਦੀ ਅਰਜਨ ਵੈਲੀ ਨੇ ਮੈਂ ਬੁਲਾਇਆ ਸੀ ਵਲੌਗ ਮੈਂ ਬੁਲਾਇਆ ਸੀ ਵਲੌਗ ਉੱਤੇ ਵੀ ਬੁੜਾਇਆ ਸੀ ਬੁੜਾਇਆ ਸੀ ਤੂੰ ਬੁਲਾਓਗਾ ਜਨਾਬ ਜੀ ਮੇਰੀ ਗੱਲ ਸੁਣੋ ਤੁਸੀਂ ਇਹ ਮੈਂ ਕਹ ਜਿਹੜੇ ਆ ਤੁਹਾਨੂੰ ਮੈਂ ਦੱਸਾਂ ਇਹਨਾਂ ਨੇ ਗੰਦ ਪਾਇਆ ਪਿਆਵਾ ਇਹ ਨਸ਼ੇ ਦੀ ਕੋਈ ਗੱਲ ਨਹੀਂ ਕਰਨ ਡਿਆ ਤੁਹਾਨੂੰ ਮੈਂ ਦੱਸਾਂ ਹਰ ਇੱਕ ਚੀਜ਼ ਦਾ ਧਰਨਾ ਹਰ ਇੱਕ ਚੀਜ਼ ਨੂੰ ਲੈ ਕੇ ਧਰਨਾ ਆ ਪੰਜਾਬੀ ਭਾਸ਼ਾ ਨੂੰ ਲੈ ਕੇ ਧਰਨਾ ਦੇਖੋ ਹਨਾ ਚਲੋ ਮੈਂ ਕਹਿੰਦਾ ਵਧੀਆ ਗੱਲ ਆ ਨਸ਼ੇ ਪੱਤੇ ਨੂੰ ਲੈ ਕੇ ਧਰਨਾ ਇਹ ਕੰਮ ਲਈ ਧਰਨਾ ਕਿਉਂ ਨਹੀਂ ਲੱਗ ਰਿਹਾ ਕਿ ਮੋਬਾਈਲ ਫੋਨਾਂ ਤੋਂ ਵੀ ਹਟਾ ਕਿਉਂ ਨਹੀਂ ਲੱਗ ਰਹਾ ਮੈਨੂੰ ਇਹ ਦੱਸੋ ਇਹ ਵੀ ਹੋਣਾ ਚਾਹੀਦਾ ਕੋਈ ਇਹਦਾ ਵੀ ਹਨਾ ਜੇ ਤੁਹਾਨੂੰ ਮੈਂ ਦੱਸਾਂ ਆਉਣ ਵਾਲਾ ਟਾਈਮ ਐਦਾਂ ਦਾ ਆ ਜਾਣਾ ਵਾ ਇਹ ਫੋਨ ਆਪ ਤੇ ਸਮਾਰਟ ਆ ਦੁਨੀਆ ਇਹਨੇ ਲੋਲੀ ਬਣਾਤੀ ਆ ਆ ਦੇਖੋ ਦੁਨੀਆ ਲੋਲੀ ਬਣਾਤੀ ਚੱਦਾ ਮਾ ਤਾਂ ਮੈਂ ਤੈਨੂੰ ਕਰਾਂ ਤੈਨੂੰ ਸਿਸਟਮ ਚ ਰਹਿਣਾ ਆਉਂਦਾ ਕਿ ਨਹੀਂ ਆਉਂਦਾ ਜਨਾਬ ਸਿਸਟਮ ਸਿਸਟਮ ਹਿਲਾ ਦੇਣਗੇ ਤੂੰ ਐਲਵਿਸ਼ ਜਿਆਦਾ ਨਾ ਬਣ ਤੈਨੂੰ ਮੈਂ ਦੱਸੀ ਜਾਣਾ ਜਨਾਬ ਜੀ ਮੇਰੀ ਗੱਲ ਸੁਣੋ ਜਦੋਂ ਮੈਂ ਤੇਰੇ ਸਿਸਟਮ ਦੇ ਦੋ ਛੱਡੀਆਂ ਨਾ ਤਾਂ ਤੂੰ ਸਿਸਟਮ ਤੇ ਹੱਥ ਰੱਖ ਕੇ ਕਹਿਣਾ ਕਿ ਭਾਜੀ ਮੈਂ ਜਦੋਂ ਚੀਜ਼ ਚੁੱਕ ਰਾਂ ਹਾਂ ਜਦੋਂ ਮੈਂ ਇਹ ਤੁਹਾਨੂੰ 10 ਛੱਡਤੀਆਂ ਤੁਸੀਂ ਸਿਸਟਮ ਦੀ ਮੇਰੀ ਗੱਲ ਸੁਣੋ ਉਹਨੂੰ ਤੁਸੀਂ ਗਲਤ ਕਹੀ ਜਾਂਦੇ ਆਪ ਵੀ ਗਲਤ ਆ ਵਾਰਦਾਤ ਮਤਲਬ ਕਿ ਤੁਹਾਨੂੰ ਫੋਨ ਵੀ ਪਹੁੰਚ ਜਾਂਦਾ ਕਿੱਥੇ ਕੁਝ ਹੋਣਾ ਲਿਆ ਤਾਂ ਤੁਸੀਂ ਬਹੁਤ ਲੇਟ ਪਹੁੰਚਦੇ ਹੋ ਨਹੀਂ ਅਹੀਂ ਜਾਣੀ ਜਾਣੇ ਆਈ ਪੁਲਿਸ ਵਾਲੇ ਜਾਣੀ ਜਾਣਦੇ ਕੋ ਬਾਬੇ ਨਹੀਂ ਆਈ ਚੋਰ ਤੋਂ ਪਹਿਨਾ ਪਹੁੰਚਿਆ ਕਰੀਏ ਨਹੀਂ ਅਹੀਂ ਪੁਲਸ ਵਾਲੇ ਸ਼ਕਤੀਮਾਨ ਆ ਨਾ ਵੀ ਉਸੇ ਵळे ਉੱਡ ਕੇ ਆਉਣਾ ਹੁੰਦਾ ਹੀ ਨਹੀਂ ਪਰ ਤੁਹਾਡੇ ਤੇ ਤਾਂ ਇਹ ਵੀ ਤੁਸੀਂ ਪੈਸੇ ਬੋ ਫੜਦੇ ਹੋ ਪੈਸੇ ਕਿਤੇ ਇੱਕ ਬੰਦਾ ਕਹਦੇ ਹਾਂ ਕਿ ਪਹਿਲ ਪੁਲਿਸ ਕਰਦੀ ਹੈ ਤੁਸੀਂ ਕਰਦੇ ਐ ਹੱਥ ਕੱਲ ਲੈਂਦੇ ਭਾਈ ਜਿੱਥੇ ਜਾਣਾ ਮੈਨੂੰ ਨਾਲ ਲੈ ਮੈਂ ਰੀਲ ਬਣਾ ਲਿਆ ਕਰੂੰ ਮੈਂ ਤੁਸੀਂ ਤੇਰੀ ਰੀਲ ਤੇ ਚੱਕਰ ਤੇ ਮੈਂ ਰੀਲ ਬਣਾ ਦਨੀ ਤੈਨੂੰ ਮੈਂ ਦੱਸੀ ਜਾਂਦਾ ਤੂੰ ਬੰਦਾ ਵਰ ਜਾ ਤੈਨੂੰ ਮੈਂ ਦੱਸੀ ਜਾਂਦਾ ਮੈਂ ਜਿੰਨਾ ਨਹੀਂ ਮੈਂ ਫੂਡ ਬਲੌਗਰ ਵੀ ਰਿਆਂ ਹੈ ਤੂੰ ਤਾਂ ਬਲੌਗਰ ਮਰਜੀ ਜਿਹਨੂੰ ਘਰੇ ਕੋਈ ਰੋਟੀ ਨਹੀਂ ਦਿੰਦਾ ਉਹ ਵਲੌਗਿੰਗ ਦੇ ਬਾਨੋਂ ਬਾਹਰ ਰੋਟੀ ਖਾ ਹੁੰਦਾ ਨਾਲੇ ਵੀਡੀਓ ਬਣਾ ਹੁੰਦਾ ਨਾਲੇ ਫੂਡ ਖਾਉਂਦੇ ਤਾਂ ਇਹ ਗੋਲ ਕੱਪਿਆਂ ਵਾਲੇ ਨੂੰ ਨਹੀਂ ਭਾਈ ਦਿੰਦੇ ਜਿੰਨੇ ਉਹ ਵੀਡੀਓ ਪਾ ਕੇ ਬਣਾ ਲੈਂਦੇ ਆ ਆਹੋਏ ਵੀ ਜਿਹੜਾਈ ਬਣਾਈ ਜਾਂਦੇ ਲੋਕਾਂ ਨੂੰ ਉਹਨੂੰ ਨਾ ਬਾਰ ਤੋ ਗਲਤ ਕਹੀ ਜੋ ਆਪ ਵੀ ਤੁਸੀਂ ਤੂੰ ਕੀ ਗੱਤ ਮੈਨੂੰ ਕਹਿਂ ਮੈਡਮ ਜਿਹੜੀ ਮੇਰੀ ਸਪੋਰਟ ਕਰਦੇ ਮੈਡਮ ਮੈਨੂੰ ਫੋਲੋ ਕਰਦੇ ਇੰਸਟਾਗ੍ਰਾਮ ਤੇ ਮੈਂ ਨਹੀਂ ਕਿਸੇ ਨੂੰ ਫੋਲੋ ਕਰਦੀ ਹੈਲੋ ਓਏ ਉਹਦਾ 0 ਪਾਲੋਅਰ ਮੈਂ ਤੇ ਆਪ ਚੈੱਕ ਕੀਤਾ ਟਿੱਡ ਦੇਖੋ ਆਪਣਾ ਰਿਸ਼ਵਤ ਖਾ ਖਿੱਦਾ ਕਿੱਦਾਂ ਕੀਤਾ ਪੈਸੇ ਫੜ ਫੜ ਕੇ ਉਹ ਹੈਲੋ ਉਹਨੂੰ ਨੇ ਗਲਤ ਕਹੀ ਆਪ ਵੀ ਤੁਸੀਂ ਗਲਤ ਹੋ ਇੱਥੇ ਰਾਜ ਲਕਾਏ ਨੇ ਕਿਹੜੇ ਰਾਜ ਲਕਾਏ ਇਹ ਬਾਕੀ ਕੈਮਰੇ ਚਲਣ ਦੇਵੇਂ ਕਹ ਜੀ ਨੌਕਰੀਆਂ ਜਾਣੀਆਂ ਹੀ ਓਏ ਇੱਕ ਰਾਜ ਦੱਸੂ ਮੈਂ ਨਹੀਂ ਦੱਸ ਸਕਦਾ ਮੈਂ ਨੌਕਰੀ ਤੋਂ ਜਾਣਾ ਆਪਣੀ ਤੋਂ ਮੈਂ ਜਿੰਨਾਂ ਕੋ ਤਨਖਾਹ ਲੈਣੀ ਉਹਨਾਂ ਦੀ ਪੋਲ ਗੋਲ ਦਿਆਂ ਹਾਂ ਹਾਂ ਮੈਂ ਤੈਨੂੰ ਦੱਸਦਾ ਗੱਲ ਲੋਕੀ ਸਾਨੂੰ ਕਹਿੰਦੇ ਨਾ ਪਈਂ ਪੈ ਫੜਦੇ ਆ ਹਾਂ ਕੋਈ ਬੰਦਾ ਇੱਕ ਵੀਡੀਓ ਦਿਖਾ ਦੇ ਪਈਂ ਆਪ ਪੈਸੇ ਮੰਗੇ ਹੁਣ ਤੇ ਲੋਕੀ ਆਪ ਆਫਰ ਕਰਦੇ ਨੇ ਨਾਲੇ ਬਾਣਾ ਕਰਦੇ ਪੈ ਫੜ ਕੇ ਲੋਕਾਂ ਨੇ ਆ ਪੰਜ ਹਜ਼ਾਰ ਦਾ ਚਲਾੜ 500 ਤੂੰ ਛੱਡਣਾ ਫੋਨ ਕੇ ਮੈਂ ਤੇਰੇ ਛਣਾਵਾ ਤੇ ਉਹਨੂੰ ਲੱਗਾ ਰਹੇ ਦੋ ਕਿਹੜਾ ਸੱਚੀ ਵਾਲਾ ਫੋਨ ਚਲਾਉਂਦਾ ਆ ਤੂੰ ਹੀ ਇਹ ਸੋਚੋ ਜੁੱਤੀ ਦਾ ਇਹ ਹਾਲ ਕਰਨਿਆ ਫੋਨ ਦਾ ਕੀ ਕਰਦਾ ਹੋਊਗਾ ਮੇਰੇ ਕੋਲ ਆ ਇਹ ਬੇੜਾ ਗਰਕ ਹੋ ਗਿਆ ਮੇਰੇ ਮਾਰ ਲਓ ਮੇਰੇ 14 ਬਰੌਨ ਕੁਸ਼ ਹੋ ਗਿਆ ਨਾ ਜੇ ਦੀ ਮੈਂ ਟੱਚ ਤੋੜਾ ਪਹਿਲਾਂ ਜੇ ਦੀ ਮੈਂ ਟੱਚ ਤੋੜਾ ਪਹਿਲਾਂ ਇਹਦਾ ਕੀ ਪੈਡ ਪਾਨਾ ਇਹਦਾ ਮੈਂ ਮੇਰੀ ਗੱਲ ਉਹ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਕੌਣ ਹੁੰਨੇ ਆ ਮੈਨੂੰ ਨਹੀਂ ਪਤਾ ਤੂੰ ਚਬਲ ਜੇ ਤੂੰ ਖਾਚ ਜੇ ਤੁਸੀਂ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਨ ਬਲੂ ਸਰ ਜੇ ਤੂੰ ਭਾਈ ਫੋਨ ਦੇ ਦਿਓ ਭਾਈ ਪਲੀਜ਼ ਇੱਕ ਰੀਲ ਬਣਾਣੀ ਆ। ਤੇ ਕੋਣ ਤੁਸੀਂ ਇੱਕ ਰੀਲ ਮਾਨਿਆ ਵਾਲੀ। ਉਹ ਇੱਕ ਕੱਚਾ ਬਤਾ। ਜੇ ਤਰ੍ਹਾਂ ਮੈਂ ਕੱਚਾ ਬਤਾਉਂ ਨਾ ਕੁੱਟ-ਕੁੱਟ ਪੱਕਾ ਕਰ ਦੇਣਾ ਇਹਨਾਂ ਮੈਂ ਦੱਸੀ ਜਾਂਦਾ। ਭਾਈ ਮੇਰਾ ਫੋਨ ਔਰ ਕੱਟ ਜਾਣਾ ਹੈ ਭਾਜੀ ਸਮਝਿਆ ਕਰੋ। ਤੇਰੀ ਮਰੀ ਚ ਕਟਾ ਦੇਣੀ ਤਾਂ ਤੇਰੀ ਮੈਂ ਉਮਰ ਵੀ ਕਟਾ ਦੜੀ ਮਾਰ-ਮਾਰ ਡਾਂਗਾ ਤੈਨੂੰ ਮੈਂ ਦੱਸੀ ਜਾਂਦਾ। ਹਾ ਇਹ ਤੁਹਾਨੂੰ ਮੈਂ ਦੱਸਾਂ ਵਿਊਆਂ ਨੇ ਇੰਨਾ ਕਿ ਘਰ ਪਟੇ ਨਾ ਲੋਕਾਂ ਦੇ ਤੁਹਾਨੂੰ ਮੈਂ ਦੱਸਾਂ। ਇੱਕ ਮੀਆਂ ਬੀਬੀ ਦੀ ਤੁਹਾਨੂੰ ਪਤਾ ਪਿੱਛੇ ਜੇ ਵੀਡੀਓ ਵਾਇਰਲ ਹੋ ਗਈ ਸੀ। ਮੈਂ ਜ਼ਿਆਦਾ ਖੁੱਲ ਕੇ ਨਹੀਂ ਬੋਲਣਾ ਪਰਵਾਰਿਕ ਚੋਅ ਤੁਹਾਡਾ ਹੈ ਨਾ। ਇਹ ਪਾ ਮਰੀਆਂ ਮਹਿੰਦੀਆਂ ਨੇ ਜਿਹੜੇ ਬੰਦੇ ਨੇ ਇਹ ਵੀਡੀਓ ਪਾਈ ਸੀ ਨਾ ਪਈ ਉਹਨਾਂ ਦਾ ਮਜ਼ਾਕ ਨਾ ਡਾਓ ਜੀ ਉਹਨਾਂ ਨੂੰ ਹੌਸਲਾ ਦਿਓ ਉਹਨਾਂ ਦੇ ਨਾਲ ਖੜੋ ਉਹਦੇ ਵੀਵ ਬਣਾ ਹਾਂ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਪਹਿਲਾਂ ਉਹਨੇ ਆ ਵੀਡੀਓ ਤੋਂ ਵੀਵ ਲੈ ਹਾਂ ਤੇ ਬਾਅਦ ਵਿੱਚ ਉਹ ਬੰਦੇ ਦੀ ਵੀਡੀਓ ਲੈ ਲਿਆ ਜਿਹੜਾ ਕਹਿੰਦੇ ਨਾ ਗੱਲ ਨਹੀਂ ਕਰਨੀ ਚਾਹੀਦੀ ਮਿੱਟੀ ਪਾਓ ਗੱਲ ਤੇ ਉਹ ਹੀ ਪੁੱਛਣ ਦਿਆ ਪਈ ਇਹ ਪਾਜੀ ਪੇ ਗੱਲ ਸ਼ੁਰੂ ਕਿੱਦਾਂ ਹੋਈ ਹਾਂ ਤੇ ਵੀਡੀਓ ਕਦੋਂ ਕਦੀ ਹੈ ਸਮਝੇ ਗੱਲ ਮੈਂ ਛੱਡੋ ਇਹਨੂੰ ਆਪਾਂ ਚਲੋ ਬ੍ਰਾਡਕਾਸਟ ਕਰੀਏ ਕਿਹੜਾ ਬ੍ਰਾਡਕਾਸਟ ਡਾਂਗਾ ਡਾਂਗਾ ਪੋਡਕਾਸਟ ਬ੍ਰਾਡਕਾਸਟ ਨਹੀਂ ਨਾਲੇ ਮੈਂ ਕਿਹੜੇ ਪਾਸੇ ਗਿਆ ਵਾਂ ਮੇਰੀ ਸੋਨ ਲੱਗ ਗੱਲ ਹੈ ਇਹਨੂੰ ਪੋਡ ਪਾਜੀ ਮੈਨੂੰ ਬ੍ਰਾਡਕਾਸਟ ਕਰ ਲੈਣੋ ਅੱਛਾ ਪੋਡਕਾਸਟ ਤੁਸੀਂ ਮਾਮਾ ਮਾਈ ਤੁਸੀਂ ਮੇ ਨਾਲ ਗੱਲਾਂ ਕਰੋ ਤੇਰੀ ਟੇਬਲ ਤੇ ਚੱਪਲ ਨਾ ਰੱਖੋ ਓਏ ਮੈਂ ਫੋਨ ਮੇਰਾ ਆਈਫੋਨ 44 ਤੈਨੂੰ ਮੇਰੀ ਗੱਲ ਨਹੀਂ ਸਮਝ ਆਉਂਦੀ ਇਤਰਾ ਜਨਾਬ ਵਾਲ ਪਿੱਟ ਕਰਕੇ ਤੇ ਪੋਡਕਾਸਟ ਨਹੀਂ ਪੋਡਕਾਸਟ ਕਰਦੇ ਮਰਜੀ ਪਰਿਵਾਰਕ ਪ੍ਰੋਗਰਾਮ ਮੇਰਾ ਮੂੰਹ ਨਾ ਗਲਾ ਤੈਨੂੰ ਮੈਂ ਦੱਸੀ ਜਾਂਦਾ ਤੈਨੂੰ ਪਤਾ ਨਹੀਂ ਜੋ ਚਵਲ ਜਾਂ ਦਾਦੇ ਦੇ ਟਾਈਮ ਤੋਂ ਸੱਡ ਆਉਂਦਾ ਹੈ ਦਬਦਬਾ ਚੱਲਦਾ ਹੈ ਦਾਦੇ ਦੇ ਟਾਈਮ ਤੋਂ ਰਿਕਸ਼ਾ ਚੱਲਦਾ ਹੁੰਦਾ ਤੁਹਾਡਾ ਦਾਦਾ ਵੀ ਇਹਦਾ ਰਿਕਸ਼ਾ ਚਲਾਉਂਦਾ ਈ ਬਾਪੂ ਵੀ ਇਹਦਾ ਇਹਨੇ ਵੇਚ ਲਿਆ ਵਾ ਹਾ ਇਹ ਮੁੰਡਾ ਬਾਪੂਣ ਚਲਾਉਂਦਾ ਉਹ ਬੱਸ ਅਸੀਂ ਕਿਸੇ ਦੇ ਥੱਲੇ ਨਹੀਂ ਲੱਗੇ ਸੋਹਣਿਆ ਆਏ ਹਾ ਤੂੰ ਨਾ ਪਿਓ ਦਾ ਪੁੱਤ ਥੱਲੇ ਲੱਗੀ ਮਾਂ ਤੇਰੀ ਭਾਵੇਂ ਲੋਕਾਂ ਦੇ ਘਰੇ ਲੱਗੀ ਆ ਕਿ ਇਹਦੇ ਭਾਂਡੇ ਮਾਦੀਆ ਕਹਦੇ ਉਹ ਰੋਟੀਆਂ ਪਕਾਉਣ ਜਾਂਦੀ ਕਹਦੀ ਸਪਾਈਆਂ ਤੇ ਲੱਗੀ ਆ ਘਰ ਦੇ ਵਿਚਾਰੇ ਦੁਖੀ ਆ ਆਪ ਮਰਦੀ ਇਹਨਾਂ ਨੇ 1s1 ਨੇ ਬ੍ਰਾਂਡ ਪਾ ਕੇ ਰੀਲਾਂ ਪਾਉਣੀਆਂ ਨੇ ਬਾਪੂ ਦਾ ਪਜਾਮਾ ਸਪਰਿੰਗਾਂ ਦੇ ਨਾਲ ਨਾ ਉਹ ਛੋਕਰਾਂ ਵਾਲਾ ਪਜਾਮਾ ਬੜਿਆ ਹੁੰਦਾ ਪਿਛੋਂ ਮਿਹਨਤਾ ਕਰਦੇ ਨਾ ਉਹਨਾਂ ਕੋ ਕਿੱਥੇ ਕੱਪੜੇ ਇਹਨਾਂ ਨੂੰ ਫੋਨ ਤੋਂ ਵੇਲ ਨਹੀਂ ਆਲੀ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਓਏ ਪਾਪੜੀ ਤੋਂ ਨਾ ਕਰ ਜਾਂਦਾ ਤੁਹਾਡੇ ਵਰਗੇ ਨੂੰ ਗੋਲ ਕੱਪੜਿਆਂ ਵਾਲਾ ਪਾਪੜੀ ਤੋਂ ਉਹ ਮਾਰ ਆਇਆ ਜਿੰਨੇ ਗਾਣਾ ਗਾਇਆ ਤੂੰ ਹੀ ਨਾਣਾ ਗਾਇਆ ਕਰੋ ਉੱਤੇ ਹੋਤ ਜਾਓ ਆਹੋ ਗਾਣਿਆਂ ਨੇ ਦਿਮਾਗ ਖਰਾਬ ਕੀਤਾ ਤੁਹਾਨੂੰ ਮੈਂ ਦੱਸਾਂ ਰੀਲਾ ਤੇ ਗਾਉਣੇ ਬੜੇ ਜੀ ਜੀ ਇਹ ਤੂੰ ਗਾਣਾ ਇਹ ਮੈਨ ਜੀ ਨੇ ਕਸਾ ਛੜਿਆ ਜੇਲ੍ਹ ਦੇ ਵਿੱਚ ਕਿਹੜਾ ਅਸੀਂ ਵੇਲਿਆ ਨੇ 5 ਸਾਲ ਵਾਸਤਵ ਵੇਖੀ ਆ ਸੰਝੇ ਦਾ ਥਾ ਦੱਸ ਤੇ 5 ਸਾਲ ਵੇਲਿਆ ਨੇ ਜਿਹੜੀ ਵਾਸਤਵ ਵੇਖੀ ਆ ਜੇ ਕਿਤੇ ਕੰਮ ਤਾਂ ਦਾ ਵੇਖਿਆ ਹੁੰਦਾ ਤੇ ਮਹਾਰਾਜੇ ਬਣੇ ਹੋਣਾ ਮੈਂ ਕਹ ਦੂਜੇ ਤੀਜੇ ਮਹੀਨੇ ਨੂੰ ਕੰਮ ਲੱਭ ਜਾਣਾ ਸੀ ਤੇ ਇਹਨੇ ਆਪ ਸੰਝੇ ਦਾਤ ਬਣਿਆ ਹੋਣਾ ਇਹ ਤੇ ਜੱਟ ਜੋਣਾ ਮੋੜ ਕਹਿੰਦੇ ਓਏ ਓ ਤੇਰੇ ਨਾਲ ਚੰਗਾ ਕੋਣੀ ਮੋੜ ਹੁੰਦਾ ਈ ਓਏ ਨੀ ਗੱਲ ਸਹੀ ਆ ਜਾਉਣਾ ਮੋੜ ਵੇਹ ਲੋ ਦੱਸ ਨਹੀਂ ਤੁਹਾਨੂੰ ਕੀ ਤੇ ਮੈਂ ਬਰਿਆ ਹੋ ਜੇ ਜੋਨੇ ਮੋੜ ਨੂੰ ਨਾ ਸਾਰਾ ਪਿੰਡ ਕਹਿਣਦਾ ਹੁੰਦਾ ਕਿ ਮੇਰੇ ਪੈਸੇ ਮੋੜ ਜਾਵਣਾ ਮੋੜ ਪੈਸੇ ਮੋੜ ਬਈ ਨਾ ਟੱਕਰ ਭਾਵਾਂ ਤੈਨੂੰ ਮੈਂ ਬੰਦਾ ਬਣ ਜਾ ਬੰਦਾ ਤੈਨੂੰ ਮੈਂ ਦੱਸਾਂ ਮੈਂ ਬੁੱਤੇ ਦਾ ਰੀਲ ਬਣਾ ਲਵਾਂ ਮੈਂ ਨਾ ਕਿਤੇ ਚੁੰਨੀ ਮੇਰੀ ਰੰਗ ਦੇ ਲਾਲੀਆ ਤੇਰੀ ਮੈਂ ਚੁੰਨੀ ਪਾੜ ਟੁੱਟ ਰਹੀ ਓ ਇੱਧਰ ਆ ਜਾ ਤੇਰੇ ਵਰਗਾ ਚੁੰਨੀ ਪੜਾ ਲੈਂਦਾ ਹੁੰਦਾ ਜੋ ਬਚਾਰਾ ਲਲਾਰੀ ਵੀ 기ਜਿਆ ਪਿਆ ਲਲਾਰੀ ਲਲਾਰੀ ਬੰਦੇ ਦੀ ਗੱਲ ਨਹੀਂ ਸੁਣਿਆ ਉਹਨੇ ਰੰਗੜੀਆਂ ਛੜਤੀਆਂ ਚੁੰਨੀ ਸਹੀ ਗੱਲ ਆ ਕੋਈ ਜਾਣਦਾ ਵੀ ਉਹਨੇ ਕਹਿੰਦੇ ਮੈਂ ਨਹੀਂ ਰੰਗੜੀ ਚੁੰਨੀ ਚੁੰਨੀ ਮੇਰੀ ਚੁੰਨੀ ਲੈਣ ਤੇ ਆਪਾਂ ਨਹੀਂ ਤੋਂਨੀਆਂ ਕੁੜੀਆਂ ਚੁੰਨੀ ਤੇ ਲਾਈ ਜਾਂਦੀਆਂ ਆ ਆ ਮੈਨੂੰ ਦੇ ਦੇ ਬੋਲ ਯਾਰ ਮੇਰੀ ਰੀਲ ਦਾ ਟਾਈਮ ਆਇਆ ਵੈਸਟਰਨ ਕਲਚਰ ਤੇ ਡੁੱਲੀ ਜਾਂਦੀਆਂ ਕੁੜੀਆਂ ਹੂੰ ਚੁੰਨੀ ਦੀ ਕਦਰ ਤੇ ਕਰੋ ਫੇਰ ਹੀ ਰਲਾਉਣ ਜਾਓਗੀਆਂ ਤੁਸੀਂ ਇਹ ਤਾਂ ਗੱਲ ਆ ਗੱਲਾਂ ਕਰਨ ਦੇ ਉਹ ਤੂੰ ਟਿੱਕੇ ਬਹਿ ਜਾ ਤੈਨੂੰ ਮੈਂ ਦੱਸੀ ਜਾਂਦਾ ਦਿਮਾਗ ਨਾ ਚੱਟ ਮੇਰਾ ਮੈਨੂੰ ਇੱਕ ਰੀਲ ਬਣਾ ਲਓ ਮੇਰੀ ਗੱਲ ਸੁਣੋ ਜਨਾਬ ਜੀ ਇਹਦਾ ਫੋਨ ਤੁਸੀਂ ਰੱਖਿਆ ਕਿ ਇਹਦੇ ਘਰ ਦੇ ਆਣੇ ਰੱਖਿਆ ਆ ਇਹਦਾ ਫੋਨ ਮੈਂ ਜੀ ਹੁਣ ਮਹਿਕਮੇ ਨੇ ਰੱਖਿਆ ਆ ਅੱਛਾ ਸਮਝੇ ਗੱਲ ਹੂੰ ਇਹ ਇਹੋ ਜਿਹੇ ਜਿਹੜੇ ਹਾਲਾਤ ਆ ਮੈਂ ਕਹਿੰਦਾ ਇਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਆ ਇਹ ਘਰਾਂ ਦੇ ਵਿੱਚ ਇਹ ਬਿਮਾਰੀ ਜਿਹੜੀ ਆ ਵੀ ਇਹ ਨਸ਼ਾ ਸਭ ਤੋਂ ਵੱਡਾ ਨਚਾਇਆ ਨਹੀਂ ਜਿੱਦਾਂ ਨਹੀਂ ਜਿੱਦਾਂ ਦੇਖੋ ਵੀ ਇੱਕ ਡਰਾਈਵਿੰਗ ਲਾਇਸੈਂਸ ਆ ਉਹਦੀ ਇੱਕ ਉਮਰ ਆ ਹਾਂ ਹੈਨਾ ਵਿਆਹ ਦੀ ਇੱਕ ਉਮਰ ਆ ਬਿਲਕੁਲ ਫੋਨ ਦੀ ਵੀ ਇੱਕ ਉਮਰ ਹੋਣੀ ਚਾਹੀਦੀ ਸਰਕਾਰ ਨੂੰ ਕੋ ਕਾਨੂੰਨ ਬਣਾਉਣਾ ਚਾਹੀਦਾ ਜੇ ਕਿ ਘੱਟ ਉਮਰ ਦੇ ਜਵਾਕ ਦੇ ਕੋਲ ਫੋਨ ਪੜਿਆ ਜਾਂਦਾ ਉਹਦੇ ਮਾਪਿਓ ਤੇ ਵੀ ਕੇਸ ਹੋਵੇ ਉਹਦੇ ਬੱਚੇ ਤੇ ਵੀ ਕੇਸ ਹੋਵੇ ਨਹੀਂ ਇਹ ਤਾਂ ਹੈ ਤੇ ਤੇਰਾ ਮੈਂ ਫੋਨ ਭਾਂ ਦੇੜਾ ਹੀ ਰੱਖ ਦੇ ਥੱਲੇ ਦੋ ਦੋ ਰੱਖੇ ਫੋਨ ਆ ਤੈਨੂੰ ਮੈਂ ਵੱਡਾ ਦੇ ਦੇਵਾਂ 15 Pro ਹੀ 15 Pro Max ਕੀ ਨਾ ਬੁਰਾ ਹਾਲ ਹੋਇਆ ਪਿਆ ਦੱਸੋ ਨਹੀਂ ਤੇ ਘਰ ਦੇ ਦੁਬਾਰਾ ਇਹਦਾ ਹਾਲਚਾਲ ਪੁੱਛਣ ਆਉਂਦੇ ਕਿ ਨਹੀਂ ਆਉਂਦੇ ਆਉਂਦੇ ਆ ਹਾਂ ਉਹ ਹਾਲ ਚਾਲ ਇਹਦਾ ਨਹੀਂ ਪੁੱਛਦੇਓ ਕੀ ਪੁੱਛਦੇ ਉਹ ਪੁੱਛਦੇ ਜਿਹੜੀ ਜੁੱਤੀ ਉਹਦਾ ਘਿਹਾਲੇ ਨੇ ਕੀਤਾ ਹਾਂ ਉਹਨਾਂ ਨੂੰ ਪਤਾ ਇਹਨੇ ਉਦਾਂ ਦੀ ਇਹ ਫੋਨ ਬਣਾਈ ਪਈ ਐ ਚੰਗਾ ਭਲਾ ਮੁੰਡਾ ਇਹਨੇ ਬੀ ਟੈਕ ਕੀਤੀ ਐ ਤੁਹਾਨੂੰ ਮੈਂ ਦੱਸਾਂ ਨਹੀਂ ਜਿੱਦਾਂ ਹੁੰਦਾ ਨਾ ਕਿ ਜਿਹੜਾ ਨਸ਼ੇ ਕਰਦੇ ਆ ਉਹਨਾਂ ਨੂੰ ਹੌਲੀ ਹੌਲੀ ਛਡਾਉਂਦੇ ਆ ਇੱਕਦਮ ਫੋਨ ਕਿੱਦਾਂ ਲੈ ਕੇ ਉਹ ਕਿੱਦਾਂ ਛੁੱਟ ਜਾਊਗਾ ਉਹੀ ਤੇ ਮਨਜੀ ਦੇਖੋ ਭਾਈ ਮੇਰੀ ਸਟ੍ਰੀਕ ਦਾ ਟਾਈਮ ਹੋਇਆ ਪੀਸ ਸਟ੍ਰੀਕ ਆ ਗਈ ਸਨੈਪਚੈਟ ਆਈ ਰਿਕਵੈਸਟ ਟੂ ਇਹ ਤੇਰਾ ਖੇਤਰਾਂ ਦਾ ਟਾਈਮ ਹੋਇਆ ਵਾ ਹੋਰ ਗੱਲ ਕੋਈ ਨਹੀਂ ਤੂੰ ਅੱਜ ਕਾ ਕੇ ਕੈਮਰੇ ਦੇ ਉੱਤੇ ਜਲੂਸ ਕਢਾਉਣਾ ਹੋਰ ਗੱਲ ਕੋਈ ਨਹੀਂ ਮੈਂ ਨਹੀਂ ਸਮਝਦਾ ਤੀ ਸਟ੍ਰੀਕਾ ਬਣਾਉਂਦੇ ਕਿ ਉਹਦਾ ਕੀ ਬੈਨੀਫਿਟ ਹੈਗਾ ਯਾ ਇਹਨੂੰ ਪੁੱਛੋ ਬੈਨੀਫਿਟ ਯਾ ਅੱਖਾਂ ਇਹਦੀਆਂ ਘਾਰੀਆਂ ਹੋ ਗਈਆਂ ਇੱਥੇ ਇੱਥੇ ਹਾਂ ਡਾਰਕ ਸਰਕਲ ਕਿਉਂ ਪਏ ਆ ਵੇ ਲੋ ਪਾਗਲਾਂ ਵਾਲਾ ਇਹਦਾ ਹਾਲਾਤ ਬੜੇ ਪਏ ਆ ਇਹ ਆ ਫਾਇਦਾ ਸਟ੍ਰੀਕ ਦਾ ਮੈਨੂੰ 5 ਮਿੰਟ ਫੋਨ ਦੇ ਦੋ ਮੈਂ ਬਣਾ ਕੇ ਤੁਹਾਡੇ ਕੋਈ ਕਿਤੇ ਨਹੀਂ ਜਾਂਦਾ ਕਰੇ ਮੈਂ ਕਿਤੇ ਬਣਾਉਣੀ ਕਿਤੇ ਤੇ ਬਣਾਉਣੀ ਆ ਕੀ ਗਾਣਾ ਸਾਰੇ ਤਾਂ ਤਾਂ ਮੈਨੂੰ ਲੱਗਦਾ ਨਹੀਂ ਬਣਾਤੀ ਜੋ ਬੁਰਾ ਹਾਲ ਕੀਤਾ ਪੈਣੀ ਆਪਣਾ ਮਰਜੀ ਤੁਸੀਂ ਦੇਖੋ ਇਹ ਇਹ ਜਿਹੜਾ ਮਸਲਾ ਬਾਏ ਦੇ ਉੱਤੇ ਗੱਲ ਕਰਨ ਦੀ ਲੋੜ ਬਦਲਾ ਨੇ ਮੀ ਉਹ ਤੇ ਬਣਾਉਂਗਾ ਭਾਈ ਵੀ ਇਹ ਤੈਨੂੰ ਮੈਂ ਗੱਲਾਂ ਕਰਕੇ ਭੇਜਣਾ ਯੋ ਤੈਨੂੰ ਮੈਂ ਮੀ ਦੇ ਵਿੱਚ ਤੈਨੂੰ ਮੈਂ ਦੱਸੀ ਜਾਣਾ ਬੰਦਾ ਬਣ ਜਾ ਤੈਨੂੰ ਮੈਂ ਦੱਸੀ ਜਾਣਾ ਜਨਾਬ ਜੀ ਤੁਹਾਨੂੰ ਕੀ ਲੱਗਦਾ ਕਿ ਚਲੋ ਠੀਕ ਹੈ ਤੁਸੀਂ ਸਰਕਾਰ ਨੇ ਕੋਈ ਇਦਾਂ ਦਾ ਤੁਸੀਂ ਕਿਹਾ ਕਿ ਕਾਨੂੰਨ ਪਰ ਬੰਦੇ ਨੂੰ ਆਪ ਨੂੰ ਵੀ ਤਾਂ ਕੁਝ ਕਰਨਾ ਚਾਹੀਦਾ ਵਾ ਉਹ ਬੰਦੇ ਨੇ ਮਰਜੀ ਕੁਝ ਨਹੀਂ ਕਰਨਾ ਬੰਦਾ ਇਨੇ ਜੋ ਹੁੰਦਾ ਤੇ ਜਵਾਕ ਇਦਾਂ ਵਿਗੜੇ ਹੁੰਦੇ ਮੈਂ ਕੀ ਕਹਨਾਂ ਮੈਂ ਕੀ ਕਹਨਾਂ ਜਨਾਬ ਜਿਹੋ ਦਾ ਬੁਰਾ ਹਾਲ ਕਰ ਦਿੱਤਾ ਤੁਸੀਂ ਬੰਦੇ ਮਾਰ ਮਾਰ ਕੇ ਇਹਨੇ ਆਪਣਾ ਜਿਹੜਾ ਫੋਨ ਇੱਕ ਦਿਨ ਮੈਂ ਰਾਜ ਕਰਨਾ ਰਾਜ ਓਏ 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 ਹੁਣ ਤੇ ਉਹ ਵੀ ਜਿਹੜੇ ਕਹਿੰਦੇ ਸੀ ਨਾ ਕਿ ਰਾਜ ਕਰਾਂਗੇ ਰਾਜ ਉਹ ਵੀ ਕਹਿਣ ਲੱਪਿਆ ਰਾਜ ਨਹੀਂ ਸੇਵਾ ਹਾਂ ਪਾਗਲ ਜਾ ਰਾਜ ਤੂੰ ਕਰਨਾ ਵਾ ਫੋਨਾਂ ਤੋਂ ਖਿਹੜਾ ਛੁੱਟੂਗਾ ਤੇ ਰਾਜ ਕਰੋ ਵੈਲੀ ਆ ਵੈਲੀ ਅਜਨ ਵੈਲੀ ਮੈਡਮ ਜੀ ਮੇਰਾ ਦਿਲ ਘਟਣ ਲੱਪਿਆ ਮੈਨੂੰ ਕੀ ਕਰੇ ਮੈਨੂੰ ਫੋਨ ਦੇ ਦਿਓ ਆਪਣਾ ਹੀ ਦੇ ਦਿਓ ਨਹੀਂ ਜੀ ਫੋਨ ਪਰਹਨ ਦੋ ਮੈਡਮ ਜੀ ਮੇਰੇ ਫੋਨ ਆ ਵੇਟ ਕਰਦੇ ਉਹਨਾਂ ਨੇ ਉਹਨਾਂ ਪਰ ਰੋਟੀ ਨੰਗੀ ਕਿ ਨਹੀਂ ਉਹ ਤੇਰੇ ਫੈਮਿਲੀ ਮੇਰਾ ਵੇਟ ਕਰਦੇ ਕਰਦੇ ਵੀ ਵੇਟ ਕਰਦੇ ਆ ਤੇਰੀ ਤਹਾਡਾ ਪੁੱਤ ਹੋਸ਼ ਜਾਵੇ ਤੁਹਾਡੇ ਕੋਲ ਆਵੇ ਸੁਧਰ ਕੇ ਆਵੇ ਉਹਨਾਂ ਦਾ ਵੀ ਖਿਆਲ ਕਰ ਮਾੜਾ ਜਾ ਮੈਮੋ ਕੇ ਟ੍ਰੈਂਡ ਚੇਂਜ ਹੋਇਆ ਨਰੀਲਾ ਆਹ ਜਣ ਬਜਲੀ ਨੇ ਤੈਨੂੰ ਕੋਖ ਨਹੀਂ ਦੇਣਾ ਆਹੋ ਓਏ ਯਾਰ ਜਲੇ ਵੈਲੀ ਨੇ ਬੱਗਲੀ ਇਹ ਜਿਹੜੀ ਮੈਂ ਪੈਰ ਜੋੜੇ ਨਾ ਤੇਰੇ ਮੈਂ ਪਿਆਰ ਖੋਲਾ ਪੈਣਾ ਤੇਰੇ ਮੈਂ ਮੇਰੇ ਗਾਲ ਸੁਣਾ ਉਹਦੇ ਤੋਂ ਛੋਟੇ ਛੋਟੇ ਉਹ ਅਰਜਨ ਵੈਦੀ ਸੀ ਮੈਂ ਮੰਨਦਾ ਚਲੋ ਹੋਏਗਾ ਵਿਚਾਰਾ ਹਨਾ ਪਰ ਇਹ ਜਿਹੜੇ ਦੇਖ ਕੇ ਗਲਤ ਅਸਰ ਪੈ ਰਿਹਾ ਲੋਕਾਂ ਦੇ ਉੱਤੇ ਤੁਸੀਂ ਦੇਖੋ ਨਾ ਚੀਜ਼ ਨੈਗੇਟਿਵ ਹੋ ਜਾਂਦੀ ਹੈ ਇਹੋ ਜੇ ਮੈਂ ਕਹਿੰਦਾ ਆ ਵੈਲੀ ਪਤਾ ਕਿਦਾਂ ਦੇ ਹੁੰਦੇ ਆ ਇਹ ਬੰਦੂਕ ਨਾ ਪਕਾਣੇ ਪਰ ਹੁੰਦੇ ਹੁੰਦੇ ਮੇਲੇ 'ਚ ਹੋਰ ਤਾਂ ਨਾ ਕਿਤੇ ਚਾਹੀਦੀ ਜਗ੍ਹਾ ਚਲਾਈ ਨਹੀਂ ਹੁੰਦੀ ਤੂੰ ਤਾਂ ਆਪਣੀ ਗਿਰਾਣੀ ਨੂੰ ਕਹਿਣ ਦੇ ਹੁੰਦੇ ਆ ਭਰਾ ਦਾ ਨਿਸ਼ਾਨਾ ਚੈੱਕ ਕੀਤਾ ਹੀ ਭਰਾ ਦਾ ਨਾ ਤੇ ਮਾਰੀ ਲਾਗ ਤੇ ਨਹੀਂ ਪਰ ਇਹ ਦੇਖੋ ਨਾ ਸੋਸ਼ਲ ਮੀਡੀਆ ਤੇ ਰੀਲ ਨਾਲ ਜਵਾਕ ਜਵਾਕੀ ਰੀਲ ਤੇ ਚੂੜਾ ਪਾ ਕੇ ਦੱਸੋ ਬਿਚਾਰੇ ਜਿਹੜੇ ਕੁਆੜਾ ਹੁਣ ਤੋਂ ਇਹ ਮੈਂ ਤੇ ਨਹੀਂ ਕਹਿਣ ਦਿਆ ਦੇਖੀਆ ਨਾ ਤੁਸੀਂ ਹਾਂ ਹਾਂ ਇਹ ਮੈਂ ਕਿਹਾ ਅੱਜ ਅਹੀਂ ਆ ਬੰਦਾ ਬਖਾਇਆ ਆਉਣ ਵਾਲੇ ਟਾਈਮ 'ਚ ਹਾਂ ਇਹ ਪਨੀਰੀ ਜਿਹੜੀ ਸਾਰੀ ਇਦਾਂ ਦੀ ਹੋ ਜਣੀ ਹੈ ਮੈਨੂੰ ਜੀ ਫੋਨ ਆਪਣਾ ਹੀ ਦੇ ਦੇ ਮਾੜਾ ਇਹ ਸੈਲਫੀ ਲੈ ਲੈਂਦੇ ਨਹੀਂ ਸਕਰੀਨ ਦਿਖਾ ਐ ਕਰਕੇ ਦਿਖਾ ਦੇ ਰਹਿ ਤੂੰ ਮੇਰਾ ਛੀਟ ਪਹਿਲਾਂ ਤੁਹਾਨੂੰ ਮੈਂ ਦੱਸਾਂ ਪਹਿਲਾਂ ਸ਼ਕਤੀਮਾਨ ਨੇ ਲੋਕਾਂ ਦੀਆਂ ਲੱਤਾਂ ਤੜਾਈਆਂ ਮਾ ਹੁਣ ਅਰਜਨ ਬੈਦੀ ਤੜਾ ਕੇ ਜੀ ਫੋਨ ਫਿਲਮ ਚੱਲੀ ਬਰਾ ਕਿੰਨਾ ਉਹ ਮਾ ਪੈਸੇ ਕਮਾਲੇ ਤੇਰੇ ਘਰ ਦੇ ਆ ਦੇ ਲੱਗ ਜਾਣੇ ਤੈਨੂੰ ਮੈਂ ਦੱਸ ਹੀ ਜਾਂਦਾ ਇਹ ਗੱਲ ਸਹੀ ਆ ਫਿਲਮਾਂ ਮੜ ਜੀ ਪਹਿਲੀ ਗੱਲ ਤੇ ਫਿਲਮਾਂ ਹੀ ਉਹ ਦਿਖਾਉਣੇ ਜਿਹੜੇ ਬੱਚਿਆਂ ਦੇ ਵੇਖਣ ਵਾਲੀਆਂ ਫਿਲਮਾਂ ਚਲੋ ਵੱਡਿਆਂ ਨੇ ਵੇਖੀਆਂ ਠੀਕ ਆਏ ਫਿਲਮਾਂ ਮੰਨਿਆ ਸਹੀ ਸੇਧ ਦੇ ਆ ਨਿਆਰੇ ਤਾਂ ਫਿਲਮਾ ਦਿਖਾਓ ਸੱਚੀ ਤਾਂ ਦੂਰ ਕਰਦੇ ਫਿਲਮ ਬਣੀ ਹਾਂ ਕਿਨ ਬੇਕੀ ਦੱਸੋ ਉਹ ਦਿਖਾਓ ਬੱਚਿਆਂ ਨੂੰ ਬੱਚਾ ਜਰੇ ਦਾ ਸਿੱਟਾ ਇਹ ਤਾਂ ਬਸ ਸਟਾਕ ਦਾ ਤੇਰਾ ਮੈਂ ਇਹਦੇ ਸਿੱਟੇ ਪਾਵੇਂ ਸਾਰੇ ਪ੍ਰੋਗਰਾਮ ਦਾ ਸਿੱਟਾ ਕੀ ਨਿਕਲਿਆ ਤੁਸੀਂ ਸਮਝੇਓ ਗੱਲ ਹਾਂ ਨਹੀਂ ਦੇਖੋ ਫੋਨ ਨਾਲ ਤਾਂ ਬਾਜਰੇ ਦੇ ਸਿੱਟੇ ਦੀ ਪਈ ਹੈ ਹੱਦ ਹੋ ਗਈ ਮੜਜੀ ਕੋਈ ਅਕਲ ਨਾਲ ਦੀ ਚੀਜ਼ ਨਹੀਂ ਹੁਣ ਇਹਨੂੰ ਘਰੇ ਛੱਡਣਾ ਕਿ ਤੁਸੀਂ ਨਾਲ ਜੇਲ੍ਹ ਚ ਲੈ ਕੇ ਜਾਓ ਇਹਨੂੰ ਨਾਲ ਖੜਨਾ ਪੈਣਾ ਜਿੰਨੇ ਚਿਰ ਫੋਨ ਨਹੀਂ ਛੱਡਦਾ ਇਹਨੂੰ ਘਰੇ ਨਹੀਂ ਛੱਡਣਾ ਹਰ ਜਗ੍ਹਾ ਨਾਲ ਲੈ ਕੇ ਜਾਂਦੇ ਹੋ ਮਾਂ ਪਿਓ ਨੇ ਲੱਗੀ ਰਾਂ ਗੱਟੀਆਂ ਨੇ ਉਹ ਕਹਿੰਦੇ ਵੀ ਜਿੰਨਾ ਚਿਰ ਇਹਦਾ ਫੋਨ ਨਹੀਂ ਨਾ ਛੁੱਟਦਾ ਉਹਨਾਂ ਚਿਰੇ ਛੁੱਟਣਾ ਨਹੀਂ ਚਾਹੀਦਾ ਬੱਪੂ ਉਹ ਜਿਉਣੇ ਮੋੜਾ ਤੇਰੀ ਮੈਂ ਤੈਨੂੰ ਮੈਂ ਦੱਸਾਂ ਤੇਰੀ ਮੈਂ ਬੱਕੀ ਨੂੰ ਹੱਥ ਪਾ ਲਿਆ ਨਾ ਜਦੋਂ ਤਾਂ ਤਾਂ ਦੇ ਕਹਣਾ ਤੂੰ ਹਾਏ ਭਾਈ ਇਹਨੇ ਤਾਂ ਮੇਰੀ ਗੱਲ ਵਾਕਿਆ ਜੇ ਜਿੰਨੀ ਮਰਜ਼ੀ ਤੇ ਰਕ ਫੋਨ ਦੇ ਦਿਓ ਭਾਈ ਰੱਬ ਦਾ ਵਾਸਤਾ ਹਾਏ ਫੋਨ ਦੀ ਕਿੰਨੀ ਤੋੜ ਲੱਗੀ ਹੈ ਨਾ ਇਹਨੂੰ ਮੈਡਮ ਜੀ ਮੇਰੀ ਗੱਲ ਸੁਣੋ ਜੇ ਤੁਹਾਡੇ ਇਹਦੇ ਤੇ ਖਾਨੇ ਨਹੀਂ ਪਈ ਮੇਰੀ ਗੱਲ ਜੇ ਤੁਹਾਡੇ ਮਾੜੀ-ਮੋਟੀ ਪਈ ਆ ਵੀ ਮੈਂ ਕੀ ਕਹਿਣਾ ਚਾਹੁੰਦਾ ਪਹੁੰਚਦੀ ਕਰ ਦਿਓ ਆਪੇ ਪ੍ਰੋਗਰਾਮ ਤਾਂ ਤੁਸੀਂ ਦੇਖ ਲਿਆ ਗੱਲ ਬਿਲਕੁਲ ਸਹੀ ਆ ਕਿ ਜਿੱਦਾਂ ਇੱਥੇ ਹਾਲ ਹੋਇਆ ਪਿਆ ਆ ਇਹ ਕਿ ਫੋਨ ਚਲਾ ਚਲਾ ਕੇ ਚੱਪਲ ਨੂੰ ਹੀ ਆਪਣਾ ਫੋਨ ਸਮਝੀ ਬੈਠਾ ਕਰਾ ਕਰਾਚੇ ਇਹ ਸਿਚੁਏਸ਼ਨਸ ਆ ਰਹਿਆਂ ਦੇ ਨਾ ਹੋਵੇ ਉਸ ਤੋਂ ਪਹਿਲਾਂ ਇਸ ਚੀਜ਼ ਤੋਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਸੰਭਾਲ ਲੈਣਾ ਹੀ ਸਹੀ ਹੈਗਾ ਬਾਕੀ ਇਸ ਪ੍ਰੋਗਰਾਮ ਦੇ ਬਾਰੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਦੱਸਿਓ ਜੇ ਪ੍ਰੋਗਰਾਮ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੁਇਨ ਨੂੰ ਦਈ ਇਜਾਜ਼ਤ ਤੁਸੀਂ ਦੇਦਰੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਧੰਨਵਾਦ ਟੇਕ ਕੇਅਰ ਬਬਾਏ ਸਤਿ ਸ਼੍ਰੀ ਅਕਾਲ ਤੋੜਤੀ ਟੱਚ ਤੋੜਤੀ